ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਸਵਾਈ ਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਉੜਪਾਗੇ ਹੋ ਜਿੱਥੇ ਆਪ ਜੀ ਤੀਸਰੇ ਦਿਨ ਦੇ ਦੀਵਾਨਾਂ ਵਿੱਚ ਜੁੜ ਬੈਠੇ ਹੋ ਇਹ ਦੀਵਾਨਾਂ ਦੀ ਰਮਤਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਸੰਪੂਰਨਤਾ ਦਿਵਸ ਤੋਂ ਆਰੰਭਤਾ ਹੋਈ ਸੀ ਉੱਥੇ ਨਾਲ ਹੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਵੀ ਆਪਾਂ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਹੇ ਹਾਂ। ਆਪ ਜੀ ਨੇ ਸਤਿਕਾਰਯੋਗ ਵੀਰ ਜੀ ਭਾਈ ਹਰਦੀਪ ਸਿੰਘ ਜੀ ਤਿੰਨਾਂ ਪਾਸੋਂ ਗੁਰਬਾਣੀ ਕੀਰਤਨ ਵਿਚਾਰਾਂ ਸ਼੍ਰਵਣ ਕੀਤੀਆਂ ਹਨ। ਇਸੇ ਤਰ੍ਹਾਂ ਹੀ ਲੜੀ ਨੂੰ ਆਪਾਂ ਅੱਗੇ ਤੋਰਦੇ ਹੋਏ ਸਤਿਗੁਰੂ ਜੀ ਦੀ ਪਾਵਨ ਪੁੱਤਰ ਬਾਣੀ ਦੇ ਨਾਲ ਜੁੜੀਏ, ਲਾਹੇ ਪ੍ਰਾਪਤ ਕਰੀਏ ਜਿੱਥੇ ਤਿੰਨ ਦਿਨਾਂ ਤੋਂ ਵਿਦਵਾਨ ਸੱਜਣ ਕੀਰਤਨੀ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਵੀ ਆਪ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਸੋ ਜਿੱਥੇ ਸਾਡੇ ਗੁਰੂ ਘਰ ਦੇ ਸੈਕਟਰੀ ਵੀਰ ਮਨਮੀਤ ਸਿੰਘ ਜੀ ਕਿ ਭਾਈ ਹਰਦੀਪ ਸਿੰਘ ਜੀ ਅਗਲੇ ਦੋ ਦਿਨ ਮੰਗਲ ਤੇ ਬੁੱਧਵਾਰ ਸ਼ਾਮ ਨੂੰ ਵੀ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ 6:30 ਤੋਂ 7 ਵਜੇ ਤੱਕ ਰਹਿਰਾਸ ਸਾਹਿਬ ਦੇ ਪਾਠ ਹੁੰਦੇ ਨੇ। ਉਪਰੰਤ ਅਗਲੇ ਦੋ ਦਿਨ ਮੰਗਲ ਤੇ ਬੁੱਧਵਾਰ 7 ਵਜੇ ਤੋਂ ਲੈ ਕੇ 8 ਵਜੇ ਤੱਕ ਆਪ ਜੀ ਨੂੰ ਗੁਰਬਾਣੀ ਕੀਰਤਨ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਅਗਲੇ ਦੋ ਦਿਨ ਵੀ ਆਪ ਜੀ ਨੇ ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਸੋ ਬੇਨਤੀ ਪ੍ਰਵਾਨ ਕਰਨੀ, ਸੋ ਸ਼ਬਦ ਦੀ ਰਮਤਾ ਕਰੀਏ। ਸਤਿਗੁਰੂ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤਿਹ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ। ਸਤਿਗੁਰੂ ਜੀ ਦੀ ਗੋਦ ਵਿੱਚ ਬੈਠਣ ਦਾ ਇਹ ਸੁਭਾਗਾ ਸਮਾਂ ਸਾਨੂੰ ਪ੍ਰਾਪਤ ਹੋਇਆ ਕਿ ਸਤਿਗੁਰੂ ਜੀ ਦਾ ਸ਼ਬਦ ਐਸਾ ਹੈ ਜਿਹੜਾ ਇਹ ਰਸਨਾ ਦੇ ਨਾਲ ਇਸ ਸ਼ਬਦ ਨੂੰ ਉਚਾਰਦਾ ਹੈ, ਹਿਰਦੇ ਘਰ ਵਿੱਚ ਵਸਾਉਂਦਾ ਹੈ। ਸਤਿਗੁਰੂ ਸ਼ਬਦ ਉਜਾਰੋ ਦੀਪਾ ਤੇ ਗੁਰੂ ਕਾ ਸ਼ਬਦ ਦਾ ਜਿਹੜਾ ਦੀਵਾ ਹੈ ਬਿਨਸਿਓ ਅੰਧਕਾਰ ਤੇ ਮੰਦਰ ਜਿਹੜਾ ਘੁੱਪ ਹਨੇਰਾ ਹੈ ਅਗਿਆਨਤਾ ਦਾ ਉਸ ਮਨੁੱਖ ਦੇ ਅੰਦਰੋਂ ਦੂਰ ਹੋ ਜਾਂਦਾ ਹੈ। ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ ਜਿਹੜਾ ਹਿਰਦਾ ਕਰ ਹੈ ਇਹ ਸ਼ੁਭ ਗੁਣਾਂ ਦੇ ਨਾਲ ਭਰਪੂਰ ਹੋ ਜਾਂਦਾ ਹੈ। ਆਤਮਿਕ ਜੀਵਨ ਐਸਾ ਬਣ ਜਾਂਦਾ ਹੈ ਕਿ ਜਿੱਥੇ ਜੀਵਨ ਨੀਵਾਂ ਵੀ ਹੈ ਪਰ ਜਿਹੜਾ ਰਸਨਾ ਦੇ ਨਾਲ ਇਹ ਸ਼ਬਦ ਨੂੰ ਜਪਦਾ ਹੈ ਹਿਰਦੇ ਘਰ ਵਿੱਚ ਵਸਾਉਂਦਾ ਹੈ
ਉਸ ਜੀਵ ਦੇ ਅੰਦਰ ਉਸ ਮਨੁੱਖ ਦੇ ਅੰਦਰ ਸ਼ੁਭ ਗੁਣ ਰਤਨ ਕੋਠੜੀ ਖੁੱਲੀ ਅਨੁਪਾ ਸ਼ੁਭ ਗੁਣਾਂ ਦੀ ਕੋਠੜੀ ਜਿਹੜੀ ਬਣ ਜਾਂਦੀ ਹੈ। ਸਾਰੇ ਵਿਕਾਰ ਜਿਹੜੇ ਦੂਰ ਹੋ ਜਾਂਦੇ ਨੇ, ਵਿਕਾਰ ਨਾਸ਼ ਹੋ ਜਾਂਦੇ ਨੇ, ਜਿਹੜੇ ਇਸ ਗੁਰੂ ਕੇ ਸ਼ਬਦ ਨੂੰ ਹਿਰਦੇ ਘਰ ਵਿੱਚ ਵਸਾਉਂਦਾ ਹੈ। ਸੋ ਆਓ ਪਹਿਲੇ ਸ਼ਬਦ ਦੀ ਆਰੰਭਤਾ ਕਰੀਏ, ਸਾਰੇ ਹੀ ਮਿਲ ਕੇ ਆਪਾਂ ਪਿਆਰ ਸਤਿਕਾਰ ਦੇ ਨਾਲ ਗਾਇਨ ਕਰੀਏ, ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈਏ ਜੀ। ਸੰਸਾਰ ਤਪ ਹਰਣ ਤਪ ਹਰਣ ਸੰਸਾਰ ਤਪ ਹਰਣ ਕਰੁਣਾ ਮੈਂ ਸਭ ਦੁੱਖ ਹਰੋ ਕਰੁਣਾ ਮੈਂ ਸਭ ਦੁੱਖ ਹਰੋ ਸਭ ਦੁੱਖ ਹਰੋ ਸ਼ਰਣ ਜੋਗ ਦਿਆਲ ਦੀਨਾਨਾਥ ਮਾਇਆ ਕਰੋ ਦੀਨਾਨਾਥ ਮਾਇਆ ਕਰੋ ਸਰੀਰ ਸਵਸਥ ਖੀਣ ਸਰੀਰ ਸਵਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧੁਵੇ ਰਾਮ ਦਮੋਦਰ ਮਾਧੁਵੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਗੁਰ ਸ਼ਬਦ ਦੀਪਾ ਸਤਿਗੁਰ ਸ਼ਬਦ ਉਜਾਰੋ
ਦੀਪਾ ਸਤਿਗੁਰ ਸ਼ਬਦ ਉਜਾਰੋ ਦੀਪਾ ਸਤਿਗੁਰ ਸ਼ਬਦ ਉਜਾਰੋ ਦੀਪਾ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਉ ਅੰਧਕਾਰ ਤੇ ਮੰਦਰ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਤਨ ਕੋਠੜੀ ਖੁੱਲੀ ਅਨੂਪਾ ਸਤਿਗੁਰ ਸ਼ਬਦ ਉਜਾਰੋ ਦੀਪਾ ਸਤਿਗੁਰ ਸ਼ਬਦ ਉਜਾਰੋ ਦੀਪਾ ਸਤਿਗੁਰ ਸ਼ਬਦ ਉਜਾਰੋ ਦੀਪਾ ਉਜਾਰੋ ਦੀਪਾ ਬਿਨ ਸਿਉ ਅੰਧਕਾਰ ਤੇ ਮੰਦਰ ਕਤਨ ਕੋਠੜੀ ਖੁੱਲੀ ਸਤਿਗੁਰ ਸ਼ਬਦ ਉਜਾਰੋ ਦੀਪਾ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਸਮਨ ਬਿਸਾਮ ਹੈ ਜੋ ਮਨ ਬਿਸਾਮ ਭਏ ਜੋ ਪੇਖਿਓ ਕਹਿਣ ਨਾ ਜਾਏ ਵਡਿਆਈ ਕਹਿਣ ਨਾ ਜਾਏ ਵਡਿਆਈ ਮਗਨ ਭਏ ਸਤਿਗੁਰ ਸ਼ਬਦ ਉਜਾਰੋ ਦੀਪਾ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਉ ਅੰਧਕਾਰ ਤੇ ਮੰਦਰ ਬਿਨ ਸਿਉ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਤਨ ਕੋਠੜੀ ਖੁੱਲੀ ਅਨੂਪਾ ਸਤਿਗੁਰ ਸ਼ਬਦ ਉਜਾਰੋ ਦੀਪਾ ਸਤਿਗੁਰ ਸ਼ਬਦ ਉਜਾਰੋ ਦੀਪਾ ਹਾਲ ਚਾਲ ਨਹੀਂ ਕਛ ਜੰਜਾਰਾ
अहम बोध नहीं पूरा उच्चने उच्चा बीच ना खींचा हो नाही तू मोरा हो नाही तू मोरा एक अहंकार एक पसारा एक अहंकार एक पसारा एक अपर अपारा एक संपूर्ण एक विस्थिरण एक संपूर्ण एक प्राण आधारा एक प्राण आधारा एक विस्थिरण एक संपूर्ण एक विस्थिरण एक संपूर्ण एक प्राण आधार एक प्राण आधार एक प्राण आधार एक प्राण आधारा सतगुर शब्द उजारो दीपा सतगुर शब्द उजारो दीपा बिनसियो अंधकार ते मंदर बिनसियो अंधकार ते मंदर रतन कोठड़ी खुली अनूपा रतन कोठड़ी खुली अनूपा सतगुर शब्द उजारो दीपा सतगुर शब्द उजारो दीपा सतगुर शब्द उजारो दीपा सतगुर शब्द उजारो दीपा निर्मल निर्मल सूचा सूचो निर्मल निर्मल सूचा सूचो सूचा सूचो सूचा सूचा सूचो सूचा अंत ना अंत सदा बेअंत 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 गुण तेरे केतक गावा केतक गावरा तेरे कवन कवन गुण कह कह गावा तू साहिब गुणी निधाना तुम्हारी महिमा वर्ण ना सको तू ठाकुर
ਭਗਤ ਨਯੰਤ ਸਦਾ ਬੇਅੰਤ ਅੰਤ ਨਯੰਤ ਸਦਾ ਬੇਅੰਤ ਕਹੋ ਨਾਨਕ ਉੱਚਾ ਸਤਿਗੁਰ ਸ਼ਬਦ ਉਜਾਰੋ ਦੀਪਾ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਰਸਿਓ ਅੰਧਕਾਰ ਤੇ ਮੰਦਰ ਬਿਰਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਤਨ ਕੋਠੜੀ ਖੁੱਲੀ ਅਨੂਪਾ ਸਤਿਗੁਰ ਸ਼ਬਦ ਉਜਾਰੋ ਦੀਪਾ ਸਤਿਗੁਰ ਸ਼ਬਦ ਉਜਾਰੋ ਦੀਪਾ ਸ਼ਬਦ ਉਜਾਰੋ ਦੀਪਾ ਉੱਥੇ ਪ੍ਰਣ ਕੁਮਈਏ ਪਉ ਬੱਟੀਆਂ ਤਨ ਪਾਈਏ ਸੱਚ ਬੁਝਣਾ ਸੱਚ ਬੁਝਣਿਆ ਨੂੰ ਜਲਾਈਏ ਤੇਲ ਦੀ ਵਾਯੋ ਜਲੇ ਕਰ ਚਾਨਣ ਕਰ ਚਾਨਣ ਸਾਹਿਬ ਤੋ ਮਿਲੈ ਸਾਹਿਬ ਤੋ ਮਿਲੈ ਮਿਲੈ ਸਤਿਗੁਰ ਸ਼ਬਦ ਉਜਾਰੋ ਦੀਪਾ ਸਤਿਗੁਰ ਸ਼ਬਦ ਉਜਾਰੋ ਦੀਪਾ ਸਤਿਗੁਰ ਸ਼ਬਦ ਉਜਾਰੋ ਦੀਪਾ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਤਨ ਕੋਠੜੀ ਖੁੱਲੀ ਅਨੂਪਾ ਸਤਿਗੁਰ ਸ਼ਬਦ ਉਜਾਰੋ ਦੀਪਾ ਸਤਿਗੁਰ ਸ਼ਬਦ ਸਤਿਗੁਰ ਸ਼ਬਦ ਸਤਿਗੁਰ ਸ਼ਬਦ ਉਜਾਰੋ ਦੀਪਾ ਵਾਹਿਗੁਰੂ ਜੀ ਹਰ ਜੀਆਏ ਹਰ ਜੀਆਏ ਹਰ ਜੀਆਏ ਹਰ ਜੀਆਏ ਹਰ ਜੀਆਏ ਛੱਡ ਸਿੰਘਾਸਣ ਹਰ ਜੀਆ ਛੱਡ ਸਿੰਘਾਸਣ ਹਰ ਜੀਆ ਹਰ ਜੀਆ ਹਰ ਜੀਆ
ਹਰ ਜੀਆ ਹਰ ਜੀਆ ਸ਼ਟ ਸਿੰਘਾਸਣ ਹਰ ਜੀਆ ਸ਼ਟ ਸਿੰਘਾਸਣ ਹਰ ਜੀਆ ਸੁਦਾਮਾ ਤਾਲ ਦੀ ਬਾਲ ਸਖਾਈ ਮਿੱਤਰ ਸਦਾਏ ਲਾਗੂ ਹੋਈ ਬਾਮਣੀ ਮਿਲ ਜਗਦੀਸ਼ ਦਲ ਦਰ ਗਵਾਏ ਲਾਗੂ ਹੋਈ ਬਾਮਣੀ ਮਿਲ ਜਗਦੀਸ਼ ਦਲ ਦਰ ਗਵਾਏ ਦੂਰੋਂ ਦੇਖ ਡੰਡੋਤ ਕਰ ਦੂਰੋਂ ਚਲਿਆ ਗਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਚਲਿਆ ਗਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਪੌਤਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ ਪੌਤਾ ਨਗਰ ਦੁਆਰਕਾ ਸਿੰਘ ਦੱਖਣਾ ਪੈਰੀ ਪੈ ਕੇ ਲੈ ਗਲ ਲਾਏ ਪਹਿਲੇ ਦੇ ਪਰ ਦੱਖਣਾ ਪੈਰੀ ਪੈ ਕੇ ਲੈ ਗਲ ਲਾਏ ਚਰਣੋਂ ਤੱਕ ਲੈ ਪੈਰ ਧੋਏ ਸਿੰਘਾਸਣ ਕੁਸਨ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ ਪੁੱਛੇ ਕੁਸਨ ਪਿਆਰ ਕਰ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ ਗੁਰ ਸੇਵਾ ਦੀ ਕਥਾ ਸੁਣਾ ਸੁਣਾ
ਪੁੱਛੇ ਕੁਸ਼ਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ ਪੁੱਛੇ ਕੁਸ਼ਲ ਪਿਆਰ ਕਰ ਗੁਰ ਜੀ ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਨ ਹਰ ਜੀ ਆਏ ਪਾਵਨ ਸ਼ਬਦ ਦਾ ਹੁਕਮ ਹੋਇਆ ਸੀ ਸੰਗਤ ਵੱਲੋਂ ਕਿ ਫਿਰ ਇਹ ਗਾਇਨ ਕੀਤਾ ਜਾਵੇ ਆਪ ਜੀ ਨੇ ਭਾਈ ਗੁਰਦਾਸ ਜੀ ਦੀ ਵਾਰਾਂ ਤੋਂ ਇਹ ਪਾਵਨ ਸ਼ਬਦ ਵਾਰ ਦਾ ਗਾਇਨ ਜਿਹੜਾ ਸਰਵਣ ਕੀਤਾ ਹੈ ਸੋ ਆਓ ਇੱਕ ਸ਼ਬਦ ਦੀ ਹਾਜ਼ਰੀ ਹੋ ਰਹੀ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆ ਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸ਼ਰਨ ਆਈ ਸ਼ਬਦ ਦਾ ਗਾਇਨ ਕਰਕੇ ਉਪਰੰਤ ਸਮਾਪਤੀ ਕਰ ਦੇਣੀ ਹੈ ਸੋ ਆਓ ਸਾਰੇ ਹੀ ਮਿਲ ਕੇ ਸ਼ਬਦ ਦਾ ਗਾਇਨ ਕਰੀਏ ਸਾਰੇ ਹੀ ਕਿਰਪਾ ਕਰੋ ਜੀ ਕਹੋ ਨਾਨਕ ਮੇਰੀ ਆਸਾ ਪੂਰੀ ਕਹੋ ਨਾਨਕ ਮੇਰੀ ਆਸਾ ਪੂਰੀ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾਈ ਕਹੋ ਨਾਨਕ ਮੇਰੀ ਆਸਾ ਪੂਰੀ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾਈ ਐਸਾ ਰਸ ਅੰਮ੍ਰਿਤ ਮਨ ਚਾਖਿਆ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆ ਗਾਈ ਤ੍ਰਿਪਤ ਰਹੇ ਆ ਗਾਈ ਤ੍ਰਿਪਤ ਰਹੇ ਆ ਗਾਈ ਤ੍ਰਿਪਤ ਰਹੇ ਆ ਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾਈ ਐਸਾ ਰਸ ਅੰਮ੍ਰਿਤ ਮਨ ਚਾਖਿਆ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆ ਗਾਈ ਤ੍ਰਿਪਤ ਰਹੇ ਆ ਗਾਈ ਤ੍ਰਿਪਤ ਰਹੇ ਆ ਗਾਈ ਤ੍ਰਿਪਤ ਰਹੇ ਆ ਗਾਈ ਕਹੋ ਨਾਨਕ
ਮੇਰੀ ਆਸਾ ਪੂਰੀ ਪਵ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾ ਬਸਤੇ ਅਗੋਚਰ ਭਾਈ ਬਸਤੇ ਅਗੋਚਰ ਭਾਈ ਬਸਤੇ ਅਗੋਚਰ ਭਾਈ ਓ ਨਾਨਕ ਮੇਰੀ ਆਸਾ ਪੂਰੀ ਓ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾਈ ਐਸਾ ਰਸ ਅੰਮ੍ਰਿਤ ਮਨ ਚਾਖਿਆ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ ਤ੍ਰਿਪਤ ਰਹੇ ਆਗਾ ਤ੍ਰਿਪਤ ਰਹੇ ਆਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾਈ ਸਤਿਗੁਰ ਕੀ ਸ਼ਰਣਾ ਕੋ ਕਹੇ ਸੁਣਾਵੇ
ਕਥਨ ਕਹਿਣ ਕੋ ਸੋਜੀ ਨਾਹੀ। ਜੋ ਪੇਖੇ ਤਿਸ ਬਣ ਆਵੇ, 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 ਜੋ ਪੇਖੇ ਤਿਸ ਬਣ ਆਵੇ। ਉਹ ਨਾਨਕ ਮੇਰੀ ਆਸਾ ਪੂਰੀ, ਵਾਹਿਗੁਰੂ।